ਤਾਂ ਉਧਰੋਂ ਮਿੰਟੂ ਜੀ ਕਹਿੰਦੇ ਕਿ ਬਾਈ ਸੁਸ਼ੀਲ ਰਿੰਕੂ ਦੀ ਗੱਲ ਕਰ ਲਈਏ ਜੀ, ਉਹ ਕਹਿੰਦੇ ਸੀ ਕਿ ਬਾਈ ਭਾਜਪਾ ਦੇ ਵਿੱਚ ਜਾਣਾ, ਬਾਅਦ ਚ ਮਾਨ ਸਾਹਿਬ ਨਾਲ ਵੀ ਜਾਇਆ ਜੀ। ਨਹੀਂ ਉਹਨਾਂ ਨੇ ਕਿਤੇ ਨਹੀਂ ਕਿਹਾ ਕਿ ਭਾਜਪਾ, ਉਹਨਾਂ ਨੇ ਨਹੀਂ ਕਿਹਾ, ਪਰ ਉਹਨਾਂ ਦੀ ਚਰਚਾਵਾਂ ਸੀ, ਉਹਨਾਂ ਬਾਰੇ ਕਿਹਾ ਜਾ ਰਿਹਾ ਸੀ, ਪਰ ਬਾਅਦ ਚ ਉਹਨਾਂ ਨੇ ਸਾਫ਼ ਕਰ ਦਿੱਤਾ ਕਹਿੰਦੇ ਕਿ ਨਹੀਂ ਬਾਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ। ਤਾਂ ਹੁਣ ਮਿੰਟੂ ਜੀ ਗੱਲ ਇਹ ਕਿ ਬਾਈ ਗੱਠਜੋੜ ਨੂੰ ਲੈ ਕੇ ਬਾਈ ਉਹ ਕੀ ਕਹਿੰਦੇ ਨੇ, ਕਹਿੰਦੇ ਕਿ ਬਾਈ ਮੰਨ ਗਏ ਜਲੰਧਰ ਤੋਂ ਚੰਨੀ ਆ ਰਿਹਾ। ਅੱਛਾ ਜੀ, ਅਤੇ ਜਦੋਂ ਇਸ ਤਰ੍ਹਾਂ ਦੀ ਟੱਕਰ ਹੋਵੇ ਤਾਂ ਫਿਰ ਅਗਲਾ ਕਹਿੰਦਾ ਹੀ ਆ ਕਿ ਯਾਰ ਜੇ ਆਪਾਂ ਜੁਗਾੜਬੰਦੀ ਕੋਈ ਕਰ ਲਈਏ ਤਾਂ ਹਿਸਾਬ ਕਿਤਾਬ ਠੀਕ ਹੋ ਜਾਏਗਾ। ਚੰਨੀ ਸਾਹਿਬ ਦੀ ਚਰਚਾ ਵੈਸੇ ਬੜੇ ਹਲਕੇ 'ਚ ਚੱਲੀ ਜਾਂਦੀ ਹੈਗੀ। ਨਹੀਂ ਨਹੀਂ ਸਰ, ਜਲੰਧਰ ਦਾ ਕਹਿ ਲਓ ਕਿ ਮਜ਼ਬੂਤ ਅਧਾਰ ਆ ਇਸ ਟਾਈਮ ਜੀ, ਕਿਉਂਕਿ ਚੌਧਰੀ ਫੈਮਿਲੀ ਨੇ ਥੋੜ੍ਹੇ ਬਹੁਤੇ ਪ੍ਰਤੀਕਰਮ ਜ਼ਰੂਰ ਦਿੱਤੇ, ਪਰ ਬਾਅਦ ਦੇ ਵਿੱਚ ਚੌਧਰੀ ਫੈਮਿਲੀ ਜਿਹੜੀ ਆ ਉਹ ਟਿਕ ਗਈ ਜੀ। ਚੰਨੀ ਸਾਹਿਬ ਦਾ ਨਾਂ ਤਾਂ ਤਕਰੀਬਨ, ਹੁਣ ਦੇਖੋ ਕਈ ਵਾਰ ਸਿਆਸਤ 'ਚ ਐਨ ਮੌਕੇ 'ਤੇ ਆ ਕੇ ਗੇਮਾਂ ਲੱਗ ਜਾਂਦੀਆਂ, ਤਿਕੜਮਾਂ ਲੱਗ ਜਾਂਦੀਆਂ, ਨਾਂ ਤਾਂ ਫਾਈਨਲਾਈਜ਼ ਕਰੀ ਬੈਠੇ ਨੇ ਤਕਰੀਬਨ ਜੀ, ਕਾਂਗਰਸ ਵਾਲੇ ਤੈਅ ਮੰਨੀ ਬੈਠੇ ਆ ਕਿ ਚਰਨਜੀਤ ਚੰਨੀ ਨਾਂ ਵੱਡਾ ਬੰਦੇ ਨੂੰ, ਹੁਣ ਪੰਜਾਬੀਆਂ ਨੇ ਯਾਦ ਵੀ ਕੀਤਾ, ਵੈਸੇ ਫਿਤਰਤ ਆ ਗੁਰਬਖਸ਼ ਸਿੰਘ ਨੂੰ ਪਹਿਲਾਂ ਗਾਲਾਂ ਪੈਂਦੀਆਂ ਰਹੀਆਂ, ਮੁੜ ਕੇ ਜਦੋਂ ਉਹ ਬੰਦਾ ਆਪਣੇ ਬੋਲ ਪੁਗਾ ਗਿਆ ਤਾਂ ਮੁੜ ਕੇ ਉਹਨੂੰ ਸ਼ਹੀਦ ਕਹਿਣ ਲੱਗ ਪਿਆ। ਇਸੇ ਤਰ੍ਹਾਂ ਹੀ ਹੁੰਦਾ ਹੈ ਨਾ ਕਿ ਜਿਹੜਾ ਜਿਉਂਦੇ ਜੀ ਇੱਥੇ ਇਹਨਾਂ ਦੀਆਂ ਗਾਲਾਂ ਖਾਂਦਾ, ਮੁੜ ਕੇ ਉਹ ਕਹਿੰਦੇ ਉਹਦੇ ਵਰਗਾ ਬੰਦਾ ਹੀ ਨਹੀਂ ਸੀਗਾ। ਚਰਨਜੀਤ ਚੰਨੀ ਬਾਰੇ ਵੀ ਇਹ, ਹੁਣ ਤੁਸੀਂ ਦੇਖਿਓ ਨਾ ਬਹੁਤੇ ਪੰਜਾਬੀਆਂ ਦੀ ਰਾਏ ਇਹੋ ਜਿਹੀ, ਯਾਰ ਬੰਦਾ ਠੀਕ ਸੀਗਾ ਜੀ, ਹਾਂ ਥੋੜ੍ਹਾ ਠੀਕ ਸੀ ਵੀ ਚਲੋ ਠੀਕ ਆ, ਐਵੇਂ ਇੱਧਰ ਉੱਧਰ ਭੱਜਣ ਵਾਲੀਆਂ ਹਰਕਤਾਂ ਜੀਆਂ ਕਰੀ ਜਾਂਦਾ ਸੀ, ਪਰ ਬੰਦਾ ਓਵਰਆਲ ਠੀਕ ਸੀਗਾ। ਤਾਂ ਉਹ ਚੀਜ਼ਾਂ ਜਿਹੜੀਆਂ ਫਿਰ ਮਤਲਬ ਕਿ ਕਿਤੇ ਨਾ ਕਿਤੇ ਬਈ ਅਗਾਂਹ ਵੀ ਪਹੁੰਚਦੀਆਂ, ਉੱਤੇ ਵੀ ਪਹੁੰਚਦੀਆਂ ਕਿ ਇਹ ਬੰਦਾ ਇੱਕ ਤਾਂ ਆ ਕਿ ਐਸ ਸੀ ਭਾਈਚਾਰੇ ਦੀ ਵੋਟ ਆ ਜਿਹੜੀ ਉਹਨੂੰ ਪ੍ਰਭਾਵਿਤ ਕਰ ਸਕਦਾ, ਇੱਕ ਊਂ ਬੰਦੇ ਦਾ ਨਾਂ ਵੱਡਾ ਹੈ, ਸਾਬਕਾ ਮੁੱਖ ਮੰਤਰੀ ਹੈ। ਤਾਂ ਸੁਸ਼ੀਲ ਰਿੰਕੂ ਸ਼ਾਇਦ ਉਸ ਲਿਹਾਜ਼ ਨਾਲ ਦੇਖ ਰਿਹਾ ਹੈ ਕਿ ਸਾਡੀ ਜਿਹੜੀ ਮਤਲਬ ਕਿ ਅਲਾਇੰਸ ਦੀ ਵੋਟ ਆ ਉਹ ਇੱਕ ਸਾਨੂੰ ਸੁਰੱਖਿਆ ਦੇ ਸਕਦੀ ਸੀ ਕਿ ਹਾਂ ਗਰੰਟੀ ਸੀ ਕਿ ਅਸੀਂ ਜਿੱਤਦੇ ਹਾਂ, ਪਰ ਹੁਣ ਉਹਨਾਂ ਦਾ ਹਿਸਾਬ ਕਿਤਾਬ ਜੁਦਾ, ਕਿਉਂਕਿ ਸੁਸ਼ੀਲ ਰਿੰਕੂ ਨੂੰ ਪਤਾ ਜਿਸ ਦਿਨ ਮੈਂ ਹਾਰ ਗਿਆ ਇੱਥੋਂ ਇਹਨਾਂ ਨੇ ਉਸੇ ਦਿਨ ਹੀ ਨੁਕਰੇ ਲਾ ਦੇਣਾ। ਆਮ ਆਦਮੀ ਪਾਰਟੀ ਵਾਲੇ ਤੁਸੀਂ ਦੇਖ ਲਓ ਇਹ ਰੇਸਾਂ ਜਿੱਤਦੇ ਘੋੜਿਆਂ 'ਤੇ ਹੀ ਦਾ ਲਾਉਂਦੇ ਆ, ਜਿਹੜਾ ਘੋੜਾ ਮਾੜਾ ਮੋਟਾ ਲੰਗੜਾਉਣ ਲੱਗ ਪਿਆ, ਕੋਈ ਜ਼ਖਮ ਜ਼ੁਖਮ ਹੋ ਗਿਆ ਉਹਨੂੰ ਬਸ ਸੁੱਟ ਦਿਓ ਬਾਈ, ਚੱਲ ਬਾਈ ਮਿੱਤਰਾ ਜੀ। ਤੁਸੀਂ ਦੇਖ ਲਓ ਕਿੰਨੇ ਕਿੰਨੇ ਜਿਨ੍ਹਾਂ ਦੇ ਜ਼ਖਮਾਂ 'ਤੇ ਦਾਗ ਆ ਉਹ ਕਿੰਨੇ ਆ ਜਿਹੜੇ ਹਾਸ਼ੀਏ 'ਤੇ ਪਏ ਆ, ਐਵੇਂ ਥੋੜ੍ਹੇ ਵਿਚਾਰੇ ਆ ਜਿਹੜੇ ਸਰਾਰੀ ਹੋ ਰਹੀ ਉੱਥੇ, ਹੁਣ ਫਿਰ ਕਾਨੂੰਨ ਪੜ੍ਹ ਪੜ੍ਹ ਕੇ ਦੱਸਦੇ ਆ ਕਿ ਫੀਮ ਦੇ ਠੇਕੇ ਕਿੰਨਾ ਬੰਦ ਕਰਾਏ ਸਨ ਜੀ। ਜੀ ਜੀ ਗੱਲ ਠੀਕ ਹੈ ਬਿਲਕੁਲ ਤੁਹਾਡੀ ਜੀ। ਅਤੇ ਇਹਦੇ ਨਾਲ ਹਰਬੰਸ ਸਿੰਘ ਐਮ ਸੀ ਆਏ, ਕਹਿੰਦੇ ਕਿ ਅੱਜ ਕੀ ਬਣਿਆ ਜੀ, ਅਕਾਲੀ ਦਲ ਨਾਲ ਕੋਰ ਕਮੇਟੀ ਮੀਟਿੰਗ ਸੀ ਅਕਾਲੀ ਦਲ ਦੀ, ਅਤੇ ਬੀਜੇਪੀ ਨਾਲ ਸਮਝੌਤੇ ਬਾਰੇ ਕੋਈ ਫੈਸਲਾ ਹੋਇਆ ਹਾਲੇ ਤੱਕ ਤਾਂ ਨਹੀਂ ਬਾਈ, ਉਹ 2:30 ਵਜੇ ਦੀ ਮੀਟਿੰਗ ਸੀ, ਉਸ ਤੋਂ ਬਾਅਦ ਸ਼ਾਮ ਤੱਕ ਕੋਈ ਫੈਸਲਾ ਆਏਗਾ ਮੇਰੇ ਖਿਆਲ ਨਾਲ। 2-4 ਘੰਟੇ ਵਿਚਾਰ ਵਟਾਂਦਰਾ ਹੁੰਦਾ ਹੀ ਆ, ਸਲਾਹ ਮਸ਼ਵਰਾ ਹੁੰਦਾ, ਸੁਝਾਅ ਆਉਂਦੇ, ਫਿਰ ਉਸ ਤੋਂ ਬਾਅਦ ਹੀ ਕੋਈ ਨਿਰਣੇ 'ਤੇ ਪਹੁੰਚਿਆ ਜਾਂਦਾ ਜੀ। ਅੱਜ ਹੋ ਜਾਊਗਾ ਵੈਸੇ, ਲੱਗ ਜੂ ਹਿਸਾਬ ਕਿਤਾਬ ਜੀ। ਜੀ 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 ਘੁੰਮਣ ਜੀ ਕਹਿੰਦੇ ਪਏ ਆ ਕਿ ਰਾਜਾ ਵੜਿੰਗ ਆ ਗਿਆ ਜੀ ਆਮ ਆਦਮੀ ਪਾਰਟੀ ਦੀ ਸਪੋਰਟ ਦੇ ਵਿੱਚ। ਚੌਧਰੀ ਸਾਹਿਬ ਕਹਿੰਦੇ ਪਏ ਆ ਕਿ ਚੰਨੀ ਹੋਰਨਾਂ ਮੁੱਖ ਮੰਤਰੀ ਨਾਲੋਂ ਕਿਤੇ ਵਧੀਆ ਬੰਦਾ ਸੀ, ਜੱਟ ਨੂੰ ਫਿਰ ਆਹੀ ਗੱਲ ਮੈਂ ਕਹਿ ਰਿਹਾ ਕਿ ਹੁਣ ਇਹ ਗੱਲ ਜਿਹੜੀ ਆ ਨਾ ਘੁੰਮ ਘੁਮਾ ਕੇ ਆਉਣ ਲੱਗ। ਜੀ 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 ਇੱਧਰੋਂ ਜੱਟ ਔਨ ਫਾਇਰ ਕਹਿੰਦੇ ਪਏ ਆ ਬੀ ਐਸ ਪੀ ਦਾ ਵੀ ਉੱਥੇ ਵੱਡਾ ਵੋਟ ਬੈਂਕ ਆ ਜੀ ਜਲੰਧਰ ਦੀ ਸੀਟ ਦੇ ਉੱਤੇ, ਅਤੇ ਚੰਨੀ ਸਾਹਿਬ ਨੂੰ ਉਹ ਵੀ ਦੇਖਣਾ ਪੈਣਾ ਜੀ ਕਹਿੰਦੇ। ਉਹ ਬਾਈ ਚੰਨੀ ਸਾਹਿਬ ਨੇ ਦੇਖਣਾ ਇਸੇ ਕਰਕੇ ਹੋ ਸਕਦਾ ਕਿ ਚੰਨੀ ਸਾਹਿਬ ਨੂੰ ਉਤਾਰਿਆ ਜਾ ਰਿਹਾ ਹੋਵੇ, ਕਿ ਬਾਈ ਪਹਿਲਾਂ ਵੀ ਇਹਨਾਂ ਦੀ ਚਰਚਾ ਚੱਲੀ ਸੀ ਬਾਈ ਪੋਲ ਦੇ ਵਿੱਚ ਕਿ ਚੰਨੀ ਸਾਹਿਬ ਨੂੰ ਨੰਬਰ ਲੱਗ ਸਕਦਾ ਹੋ ਜਾਂਦਾ ਹੁੰਦਾ ਜੀ। ਮੈਨੂੰ ਲੱਗਦਾ ਚਰਨਜੀਤ ਚੰਨੀ ਜੇ ਜਾਂਦੇ ਆ ਤਾਂ ਇੱਕ, ਕਿਉਂਕਿ ਕਾਂਗਰਸ ਦਾ ਵੀ ਤਾਂ ਉੱਥੇ ਦੇਖੋ ਨਾ, ਕਾਂਗਰਸ ਦਾ ਰਿਕਾਰਡ ਰਿਹਾ ਉੱਥੇ ਜਲੰਧਰ ਦੇ ਵਿੱਚ ਜੀ, ਕਾਂਗਰਸ ਦਾ ਵਿਨਿੰਗ ਰਿਕਾਰਡ ਜਿਹੜਾ ਬਹੁਤ ਜ਼ਬਰਦਸਤ ਹੈ ਜਲੰਧਰ ਦੇ ਵਿੱਚ। ਠੀਕ ਹੈ ਬਸਪਾ ਦਾ ਵੋਟ ਬੈਂਕ ਹੈਗਾ, ਉਹ ਆਪਣੀ ਜਗ੍ਹਾ, ਪਰ ਕਾਂਗਰਸ ਦਾ ਵਿਨਿੰਗ ਰਿਕਾਰਡ ਤਾਂ ਹੀ ਹੈ ਨਾ ਜੇ ਉਹਨਾਂ ਦੇ ਕੋਲ ਕੋਰ ਵੋਟ ਆ ਜੀ। ਤਾਂ ਇਸ ਕਰਕੇ ਟੱਕਰ ਤਾਂ ਫਿਰ ਜ਼ਬਰਦਸਤ ਹੋਏਗੀ ਹੋਏਗੀ ਵੈਸੇ ਤਾਂ 19-14 ਤਾਂ ਹਰੇਕ ਥਾਂ 'ਤੇ ਹੋਣੀ ਹੋਣੀ ਆ ਜੀ। ਹਾਂ ਉਹ ਤਾਂ ਬਣੇਗਾ ਬਣੇਗਾ ਮਾਹੌਲ ਜੀ। ਇਹਦੇ ਪਾਸਿਓਂ ਸੁਖ ਰਾਏ ਜੀ ਕਹਿੰਦੇ ਸੀ ਕਿ ਫਿਰੋਜ਼ਪੁਰ ਦਾ ਹਾਲ ਜੇ ਦੱਸੋ ਜੀ, ਫਿਰੋਜ਼ਪੁਰ 'ਤੇ ਕੋਈ ਗੱਲ ਨਹੀਂ, ਆਪਾਂ ਅਗਲੇ ਹਫ਼ਤੇ ਗੱਲਬਾਤ ਕਰ ਲਾਂਗੇ, ਪਰ ਆਪਾਂ ਫਰੀਦਕੋਟ ਦੀ ਗੱਲਬਾਤ ਥੋੜ੍ਹੀ ਜਿਹੀ ਕਰ ਲੈਂਦੇ ਹਾਂ। ਤਾਂ ਹਾਲੇ ਪਤਾ ਹੀ ਨਹੀਂ ਲੱਗ ਰਿਹਾ ਨਾ ਕਿ ਕੀ ਸੁਖਬੀਰ ਸਿੰਘ ਬਾਦਲ ਦੁਬਾਰਾ ਖਲੋਣਗੇ, ਕੀ ਇਹਦੇ ਵਿੱਚ ਆਮ ਆਦਮੀ ਪਾਰਟੀ, ਕਿਉਂਕਿ ਆਮ ਆਦਮੀ ਪਾਰਟੀ 4-5 ਸੀਟਾਂ 'ਤੇ ਬੜਾ ਜ਼ਿਆਦਾ ਫਸ ਗਈ ਆ ਜੀ। ਫਿਰੋਜ਼ਪੁਰ 20 ਸੀਟ ਉਹਦੇ 'ਚੋਂ ਇੱਕ ਆ, ਹਾਲਾਂਕਿ ਪੋਸਟਰ ਪਾਸਟਰ ਇੱਥੇ ਬਥੇਰਿਆਂ ਨੇ ਲਾਏ ਆ, ਪਰ ਜਿਹੜਾ ਜਿੱਤ ਦਾ ਦਾਅਵਾ ਰੱਖਦਾ ਹੋਵੇ, ਸੰਭਾਵਨਾ ਰੱਖਦਾ ਹੋਵੇ, ਐਸਾ ਕੈਂਡੀਡੇਟ ਫਿਰੋਜ਼ਪੁਰ ਤੋਂ ਲੱਭਣਾ ਇਹਨਾਂ ਵਾਸਤੇ ਟੇਢੀ ਖੀਰ ਬਣਿਆ ਪਿਆ। ਇਹੀ ਹਾਲ ਜੇ ਤੁਸੀਂ ਵੇਖੋਗੇ ਤਾਂ ਹੁਸ਼ਿਆਰਪੁਰ ਤੋਂ ਵੀ ਹੋ ਗਿਆ, ਚੱਬੇਵਾਲ ਨੂੰ ਲਿਆਂਦਾ ਸੀਗਾ, ਉਹ ਤਾਂ ਕੰਮ ਟੇਢਾ ਹੋ ਗਿਆ, ਮੋਈ ਰੀਝਾਂ ਨਾਲ ਅਤੇ ਦੱਬੀ ਦਲੀਜਾਂ ਨਾਲ,
ਉਹ ਸਿਆਪਾ ਉਹ ਪੈ ਗਿਆ ਤਾਂ ਉੱਥੇ ਵੀ ਕਿਤੇ ਨਾ ਕਿਤੇ ਚੁੰਝ ਚਰਚਾ ਇਹਨਾਂ ਨੂੰ ਦੁਬਾਰਾ ਕਰਨੀ ਪਊਗੀ ਕਿ ਕਿਵੇਂ ਕਰੀਏ। ਲੁਧਿਆਣਾ, ਲੁਧਿਆਣਾ ਬਹੁਤ ਵੱਡਾ ਸਿਰਦਰਦੀ ਦਾ ਸਬੱਬ ਬਣ ਰਿਹਾ ਕਾਂਗਰਸੀਆਂ ਵਾਸਤੇ ਵੀ ਸਿਰਦਰਦੀ ਹੈ ਉੱਥੇ। ਗੁਰਦਾਸਪੁਰ ਇਹਨਾਂ ਵਾਸਤੇ ਸਿਰਦਰਦੀ ਦਾ ਸਬੱਬ ਆ ਜੀ। ਸ੍ਰੀ ਅਨੰਦਪੁਰ ਸਾਹਿਬ ਮਾਲਵਿੰਦਰ ਸਿੰਘ ਕੰਗ ਉਹ ਇੱਕ ਦਾਅਵੇਦਾਰ ਦੱਸੇ ਜਾ ਰਹੇ ਆ, ਉਹਨਾਂ ਦੀ ਚਰਚਾ ਕਾਫੀ ਚਿਰਾਂ ਤੋਂ ਚੱਲਦੀ ਆ ਰਹੀ ਹੈ ਕਿਉਂਕਿ ਉਹ ਇੱਕ ਜਿੱਦਾਂ ਕਹਿ ਲਓ ਨਾ ਜਾਣਿਆ ਪਛਾਣਿਆ ਫੇਸ ਹੈਗਾ ਤਾਂ ਉਹ ਉੱਥੇ ਤਾਂ ਚਲੋ ਹੋ ਸਕਦਾ ਕਿ ਉਹਨਾਂ 'ਤੇ ਦਾਅ ਖੇਡ ਦੇਣ। ਬਾਕੀ ਇਹ ਜਿਹੜੀਆਂ 3-4 ਸੀਟਾਂ ਇਹ 6-5 ਦੇ ਵਿੱਚ ਹੀ ਆ, ਵੀ ਕਿਹੜਾ ਬੰਦਾ ਲੈ ਗਈ। ਜਦੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆਏਗਾ ਫਿਰ ਸਾਹਮਣਿਓਂ ਆਏਗਾ ਸਿਟਿੰਗ ਐਮ ਪੀ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦਾ ਕੋਈ ਬਦਲ, ਜਾਂ ਉੱਧਰੋਂ ਭਾਜਪਾ। ਭਾਜਪਾ ਦਾ ਵੀ ਤਾਂ ਫਿਰ ਉੱਥੇ ਇੱਕ ਕਹਿ ਲਓ ਕਿ ਜੇ ਵਖਰੇਵਾਂ ਹੁੰਦਾ ਇਹਨਾਂ ਨਾਲੋਂ ਗੱਠਜੋੜ ਤੋਂ ਇਲਾਵਾ ਜੁਦਾ ਹੋ ਕੇ ਚੋਣ ਲੜਦੇ ਆ, ਉਸ ਕੈਂਡੀਡੇਟ ਦੀ ਵੀ ਤਾਂ ਮਹੱਤਤਾ ਰਹਿ ਗਈ ਨਾ ਕਿਉਂਕਿ ਰਾਣਾ ਸੋਢੀ ਆ ਉੱਥੇ। ਹਾਂ ਬਿਲਕੁਲ, ਕਿਸੇ ਪਾਸੇ ਕੋਈ ਘਾਟ ਨਹੀਂ ਹੈਗੀ, ਕੁਝ ਹਲਕਿਆਂ 'ਚ ਤਾਂ ਬਹੁਤ ਪ੍ਰਭਾਵ ਆ ਜੀ। ਸੋ ਇਸ ਕਰਕੇ ਜਦੋਂ ਕੈਂਡੀਡੇਟ ਡਿਕਲੇਅਰ ਹੋ ਜਾਣਗੇ ਨਾ ਫਿਰ ਉਹ ਤਸਵੀਰ ਜਿਹੜੀ ਆ ਸਾਫ਼ ਹੋਏਗੀ ਕਿ ਕਿਹੜਾ ਇਹਨਾਂ 'ਚੋਂ ਅਗਾਂਹ ਜਾ ਸਕਦਾ, ਕਿਹੜਾ ਪਿਛਾਂ ਰਹਿ ਸਕਦਾ ਜੀ। ਇਹ ਗੱਲ ਠੀਕ ਹੈ ਬਿਲਕੁਲ। ਪਰ ਆਪਾਂ ਫਰੀਦਕੋਟ ਦੀ ਗੱਲ ਮਿੰਟੂ ਜੀ ਜ਼ਰੂਰ ਜਾਂਦੇ ਜਾਂਦੇ ਕਰ ਲਈਏ ਜੀ। ਉੱਥੇ ਕਹਿੰਦੇ ਕਿ ਬਾਈ ਸਾਗਰ ਦੀ ਵੋਟਿੰਗ ਟਿਕਟ ਦਵਾਉਣ ਨੂੰ ਫਿਰਦੇ ਆ, ਮੰਗ ਉੱਠੀ ਪਈ ਹੈ, ਕਹਿੰਦੇ ਕਿ ਬਾਈ ਸਾਗਰ ਦੀ ਵੋਟਿੰਗ ਲਿਓ। ਮੈਂ ਕਿਹਾ ਪਹਿਲਾਂ ਇੰਡੀਕਾ ਚਲਾ ਚਲਾ ਕੇ ਬਾਈ ਧੇਰੀ ਵਾਲੀ ਭਾਜਪਾ ਵਾਲੇ ਹੀ ਸੈੱਲ ਹੈ ਸ਼ਾਇਦ, ਭਾਜਪਾ ਵਾਲੇ ਕਹਿੰਦੇ ਪਏ ਆ, ਭਾਜਪਾ ਵਾਲੇ ਕਹਿੰਦੇ ਆ ਭਾਜਪਾ। ਮੈਂ ਤਾਂ, ਮੈਨੂੰ ਭਾਜਪਾ ਦੀ ਨਹੀਂ ਸਮਝ ਆਉਂਦੀ, ਆਹ 4 ਦਿਨ ਪਹਿਲਾਂ ਕਹਿੰਦੇ ਸੀਗੇ ਕਿ ਹੰਸਰਾ ਹੈ ਹੰਸਰਾ। ਇਹੀ ਚੀਜ਼ਾਂ ਤਾਂ ਵੇਖਣ ਵਾਲੀਆਂ ਹੁੰਦੀਆਂ ਨਾ, ਇਹਨਾਂ ਨੂੰ ਡੀਕੋਡ ਕਰੋ ਜੀ ਕਿ ਇੱਕ ਧੜੇ ਨੇ ਕਹਿ ਦਿੱਤਾ ਕਿ ਹੰਸ ਆ ਰਿਹਾ, ਉਹਨਾਂ ਨੇ ਦੂਸਰੇ ਧੜੇ ਨੂੰ ਸ਼ੀਸ਼ਾ ਦਿਖਾਇਆ ਕਿ ਬਈ ਲਿਆ ਕੇ ਦਿੱਲੀਓਂ ਬੰਦਾ ਲਿਆ ਕੇ ਇੱਥੇ ਕੀ ਕਰੋਗੇ, ਸਮਝਦੇ ਹੋ। ਉਹਨਾਂ ਕਿਹਾ ਕਿ ਬਈ ਅਸੀਂ ਮੰਗ ਕਰਦੇ ਹਾਂ ਕਿ ਸ਼ਮੀ ਨੂੰ ਦੇ ਦਿਓ ਟਿਕਟ। ਸ਼ਮੀ ਕੌਣ ਆ ਜੀ? ਉਹੀ ਸਾਗਰ ਦੀ ਜਿਹੜੀ ਅਸਲੀ ਵੋਟੀ ਆ ਜੀ, ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ। ਉਹ ਕਹਿੰਦੇ ਇੰਡੀਕਾ ਛੱਡੋ, ਇੱਧਰ ਲਿਆਓ ਕਿਲਾ ਮੈਦਾਨ 'ਚ, ਮਤਲਬ ਕਿ ਸਿਆਸਤ ਚਲਾਉਣੀ ਲਾ ਦਿਓ ਉਹਨੂੰ ਜੀ। ਯਾਨੀ ਇੱਕ ਬਹੁਤ ਵੱਡਾ ਤਨਜ਼ ਹੈ ਮੇਰੀ ਨਜ਼ਰ ਦੇ ਵਿੱਚ ਜੀ। ਹਾਂ ਗੱਲ ਠੀਕ ਹੈ, ਆਪਦੀ ਲੀਡਰਸ਼ਿਪ 'ਤੇ ਉਹਨਾਂ ਦਾ ਕੋਈ ਵਿੰਗ ਹੈ, ਮੈਨੂੰ ਭੁੱਲ ਗਿਆ ਸ਼ਾਇਦ ਲੀਗਲ ਵਿੰਗ ਹੈ ਜਾਂ ਕੋਈ ਵਿਦਿਆਰਥੀ ਵਿੰਗ ਹੈ, ਮੈਨੂੰ ਪਤਾ ਨਹੀਂ ਹੈ ਉਹਨਾਂ ਦੇ ਵਿੰਗ ਦਾ ਜੀ। ਤਾਂ ਉਹ ਜ਼ਰੂਰ ਕੋਈ, ਕੱਲ੍ਹ ਖਬਰ ਲੱਗੀ ਪਈ ਸੀ ਉਹਨਾਂ ਦੀ ਕਿ ਬਈ ਉਹ ਕਹਿੰਦੇ ਕਿ ਸ਼ਰਨਜੀਤ ਸ਼ਮੀ ਨੂੰ ਟਿਕਟ ਦਿਓ, ਤਾਂ ਕਾਹਦੇ ਵਾਸਤੇ ਆ? ਉਹ ਆਪਣੇ ਬੰਦਿਆਂ ਨੂੰ ਸ਼ੀਸ਼ਾ ਦਿਖਾ ਰਹੇ ਕਿ ਸਿਆਣੇ ਬਣੋ ਕੈਂਡੀਡੇਟ, ਕਿਉਂਕਿ ਫਰੀਦਕੋਟ ਦੇ ਵਿੱਚ ਬਹੁਤ ਵੱਡੀ ਵੋਟਰ ਦੀ ਨਿਰਾਸ਼ਤਾ ਇਸ ਗੱਲੋਂ ਆ ਕਿ ਬਈ ਬਾਰੀ 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 ਕਦੋਂ ਤੱਕ ਕਿ ਸਾਡਾ ਕੋਈ ਸਥਾਨਕ ਲਿਆਓ ਬੰਦਾ। ਪ੍ਰੋਫੈਸਰ ਸਾਧੂ ਸਿੰਘ ਸੀ, ਉਹ ਊਂ ਸਾਲ ਕੋਈ ਚੱਲੇ ਬਸ ਮੁੜ ਕੇ ਬਹਿ ਗਏ ਸਨ ਘਰੇ, ਵੈਸੇ ਤਾਂ ਲੋਕਲ ਸਨ ਇੱਕ ਤਰ੍ਹਾਂ ਨਾਲ, ਪਰ ਬਾਅਦ ਦੇ ਵਿੱਚ ਉਹ ਗੈਰ ਸਰਗਰਮ ਹੋ ਗਏ ਸੀਗੇ, ਤੁਹਾਨੂੰ ਯਾਦ ਹੋਣਾ ਜੀ। ਤਾਂ ਇਸ ਕਰਕੇ ਉੱਥੋਂ ਦੇ ਵੋਟਰ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਭਾਵਨਾ ਹੈ ਨਾ, ਅਤੇ ਉਹ ਭਾਵਨਾ ਜਿਹੜੀ ਉਹ ਪ੍ਰਗਟਾਈ ਉਹਨਾਂ ਨੇ ਹਾਸੇ ਠੱਠੇ 'ਚ ਕਿ ਬਈ ਛੱਡੋ ਤੁਸੀਂ ਸਾਰਿਆਂ ਨੂੰ, ਸਾਡੀ ਮੰਗ ਆ ਕਿ ਸ਼ਰਨਜੀਤ ਸ਼ਮੀ ਨੂੰ ਲਿਆਓ।